ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ। ਅੱਜ ਬਾਈ ਆਪਾਂ ਧਨੌਲੇ ਮੰਡੀ 'ਤੇ ਪਹੁੰਚੇ ਹਾਂ, ਜਿਹੜੀ ਕਿ ਹਰ ਬੁੱਧਵਾਰ ਨੂੰ ਲੱਗਦੀ ਆ। ਅਤੇ ਬਾਈ ਭਿੰਦਾ ਖੜ੍ਹਾ ਆਪਣੇ ਨਾਲ ਝੱਬਰ ਗੌਡ ਫਾਰਮ ਵਾਲਾ, ਅਤੇ ਬਾਈ ਨਾਲ ਮੁਲਾਕਾਤ ਕਰਾਉਂਦੇ ਹਾਂ ਤੁਹਾਡੀ। ਉਹਨੂੰ ਦੱਸ ਦਈਏ ਵੀ ਚੰਗੀ ਬਲੱਡ ਲਾਈਨ ਦੇ ਬੱਕਰੇ ਜਿਹੜੇ ਬਾਈ ਦੇ ਫਾਰਮ ਦੇ ਵਿੱਚ ਹੈਗੇ ਆ, ਅਤੇ ਉਹਨਾਂ ਵਿੱਚੋਂ ਇੱਕ ਅੱਜ ਆਪਾਂ ਤੁਹਾਨੂੰ ਇੱਥੇ ਮੰਡੀ ਦੇ ਵਿੱਚ ਦਿਖਾਵਾਂਗੇ। ਬਾਈ ਲੈ ਕੇ ਆਇਆ ਗਾ ਨਾਲ ਵਧੀਆ ਚੰਗੀ ਹਾਈਟ ਦਾ ਅਤੇ ਚੰਗੇ ਵੇਟ ਦਾ ਬੱਕਰਾ ਜਿਹੜਾ, ਅਤੇ ਨਾਲ ਬਾਈ ਦੇ ਰਿਜ਼ਲਟ ਜਿਹੜੇ ਕਿ ਬੱਕਰੇ ਦੇ ਬੱਚੇ ਨੇ ਉਹ ਆਏ ਨੇ, ਅਤੇ ਬੱਕਰੀਆਂ ਵੀ ਲੈ ਕੇ ਆਇਆ ਫਾਰਮ ਦੀਆਂ ਆਪਦੇ ਦੀਆਂ। ਸਤਿ ਸ਼੍ਰੀ ਅਕਾਲ ਬਾਈ ਪਿੰਦੇ। ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਆ ਬਾਈ? ਪਹਿਲਾਂ ਵਧੀਆ ਜੀ, ਵਧੀਆ, ਤੁਸੀਂ? ਫਾਰਮ ਕਿਵੇਂ ਚੱਲਦਾ ਬਾਈ? ਵਧੀਆ ਜੀ, ਵਧੀਆ ਚੱਲਦਾ। ਹਾਂਜੀ, ਪਿੰਡ ਕਿਹੜਾ ਬਾਈ ਪਿੰਦੇ ਆਪਣਾ? ਬੜਬਰ ਜੀ। ਬੜਬਰ? ਹਾਂਜੀ, ਆਹੀ ਜਿਹੜਾ ਧਨੌਲੇ ਕੋਲ ਆ ਨਾ? ਹਾਂਜੀ ਹਾਂਜੀ, ਠੀਕ ਹੈ। ਅਤੇ ਬਾਈ ਊਂ ਫਾਰਮ ਕਰੇ ਨੂੰ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ? 4-5 ਸਾਲ ਹੋ ਗਏ ਵੀਰੇ। 4-5 ਸਾਲ ਹੋ ਗਏ? ਹਾਂਜੀ। ਅਤੇ ਨਾਲ ਤੁਸੀਂ ਖੇਤੀ ਕਰਦੇ ਹੋ ਨਾ? ਹਾਂਜੀ ਹਾਂਜੀ, ਠੀਕ ਹੈ। ਅਤੇ ਜਿਹੜੇ ਇਹ ਬੱਕਰੇ ਨੇ ਬਾਈ, ਹਾਂਜੀ, ਇਹ ਤੁਸੀਂ ਕਿੱਥੋਂ ਲਿਆਂਦੇ ਸੀਗੇ? ਕਿਹੜੀ ਬਲੱਡ ਲਾਈਨ ਦੇ ਬੱਕਰੇ ਨੇ ਤੁਹਾਡੇ ਲਵੇ? ਇਹ ਆਪਦੀ ਬਲੱਡ ਲੈਂਦੇ ਨੇ। ਅੱਛਾ, ਆਪਦੀ ਬਲੱਡ? ਹਾਂਜੀ ਹਾਂਜੀ, ਠੀਕ ਹੈ। ਅਤੇ ਇਹਦੀ ਹਾਈਟ ਇਹਦੇ ਬਾਰੇ ਦੱਸ ਬਾਈ, ਬੱਕਰੇ ਬਾਰੇ? ਇਹਦੀ 46 ਹਾਈਟ ਹੈ ਜੀ। ਅੱਛਾ, 46 ਇੰਚ ਹਾਈਟ? ਹਾਂਜੀ ਹਾਂਜੀ। ਲੰਬਾਈ ਤਾਂ ਨਹੀਂ ਮਿਲੀ ਬਾਈ? ਨਹੀਂ, ਲੰਬਾਈ ਨਹੀਂ ਮਿਲੀ। ਠੀਕ ਹੈ। ਅਤੇ ਰੰਗ ਇਹ ਲੋਹਾ? ਹਾਂਜੀ ਲੋਹਾ। ਲੋਹਾ, ਠੀਕ ਹੈ। ਇਹਦੇ ਬਾਈ ਬਾਲ ਜਿਹਾ ਵਾਹਵਾ ਹੋ ਗਿਆ ਨਾ? ਹਾਂਜੀ। ਅਤੇ ਫਿਰ ਬਾਈ ਇਹਨਾਂ ਦਾ ਰਿਜ਼ਲਟ ਰਿਜ਼ੁਲਟ ਕਿਵੇਂ ਆਉਂਦਾ ਪਿੰਦੇ? ਰਿਜ਼ਲਟ ਬਾਈ ਇਹਦਾ ਆ ਖੜਾ ਹੈ। ਇਹਦਾ ਲੋਹਾ ਬੱਕਰਾ? ਹਾਂਜੀ। ਕਿੰਨੇ ਟਾਈਮ ਦਾ ਇਹ? ਇਹ ਹੋਊਗਾ 6 ਮਹੀਨਿਆਂ ਦਾ ਵੀਰੇ। 6 ਮਹੀਨਿਆਂ ਦਾ? ਹਾਂਜੀ, ਠੀਕ ਹੈ। ਇਹਦਾ ਆਹ ਬੱਕਰੇ ਦਾ ਰਿਜ਼ਲਟ ਆ ਹੈ? ਹਾਂਜੀ। ਹਾਂ, ਝਾਲਰ ਦੇਖੋ, ਦੇਖੋ ਬੱਕਰਾ ਪਹਿਲਾਂ ਬੱਕਰੇ ਦੇਖੋ। ਇਹ ਕਿੰਨੇ ਦੰਦ ਹੋ ਗਏ ਪਿੰਦੇ ਬਾਈ? ਇਹ ਪੂਰੇ ਦੰਦ ਆ ਵੀਰੇ। 8 ਦੰਦ ਕਰ? ਹਾਂਜੀ, ਠੀਕ ਹੈ। ਕੰਨਾਂ ਦੀ ਲੈਂਥ ਵੀ ਦੇਖ ਸਕਦੇ ਹੋ ਬਾਈ। ਬਾਕੀ ਬੱਕਰਾ ਇਹ ਹੁਣ ਸੇਲ ਕਰਨਾ ਪਿੰਦੇ? ਹਾਂਜੀ, ਠੀਕ ਹੈ। ਇਹ ਸੇਲ ਲਈ ਆ ਬਾਈ, ਤੁਹਾਨੂੰ ਬੱਕਰਾ ਸਾਰਾ ਦਿਖਾ ਦਿੰਦੇ ਹਾਂ ਪਹਿਲਾਂ, ਬਾਕੀ ਤੁਹਾਨੂੰ ਬੱਕਰੀਆਂ ਵੀ ਦਿਖਾਉਂਦੇ ਹਾਂ ਬਾਈ ਦੀਆਂ। ਅਤੇ ਆਹ 6 ਮਹੀਨਿਆਂ ਦਾ ਕਿਹਾ? ਹਾਂਜੀ, ਠੀਕ ਹੈ। ਇਹ 6 ਮਹੀਨਿਆਂ ਦਾ ਗਾ। ਲੈ ਪਿੰਦੇ ਨੂੰ ਬੰਨ ਦੇ ਬੱਕਰੇ ਨੂੰ, ਇਹ ਤੰਗ ਕਰੂ ਫਿਰ ਤੈਨੂੰ। ਤੇ ਪਿੰਦੇ ਕਿੰਨੀਆਂ ਬੱਕਰੀਆਂ ਦਾ ਫਾਰਮ ਆ ਬਾਈ ਤੇਰਾ? ਆਪਣੇ ਕੋਲ 20-22 ਕਿੰਨਾ ਕੁ ਨੇ ਜੀ ਹੁਣ ਤਾਂ? ਤੇ ਬੱਕਰੇ ਕਿੰਨੇ ਨੇ? ਬੱਕਰੇ ਇੱਕ ਆ ਜੀ, ਇੱਕ ਆ, 2-3 ਇੱਧਰ ਖੜੇ ਆ। ਤੇ ਜਿਹੜੇ ਉਹ ਮੱਖੀ ਚੀਨੇ ਜੇ ਹੁੰਦੇ ਸੀ ਫਾਰਮ ਦੇ ਵਿੱਚ ਪਹਿਲਾਂ? ਉਹ ਮਰ ਗਿਆ ਵੀਰੇ। ਮਰ ਗਿਆ? ਉਹ ਮਰ ਗਿਆ, ਉਹ ਬਹੁਤ ਵੱਡਾ ਸੀ ਨਾ ਬਾਈ? ਹਾਂ ਹਾਂ, ਉਹ ਵੀ ਐਡਾ ਹੀ ਸੀਗਾ, 46 ਇੰਚ। ਐਡੀ ਸੀ? 46 ਇੰਚ? ਐਡਾ ਹੀ ਸੀਗਾ, ਠੀਕ ਹੈ। ਉਦੋਂ ਮਹਾਂ ਫਾਰਮ ਦੇ ਵਿੱਚ ਗਏ ਸੀ ਤੇ? ਹਾਂ, ਉਹਨੂੰ ਅਟੈਕ ਹੋ ਗਿਆ ਸੀ। ਉਹਨੂੰ ਹੋ ਗਏ 10-15 ਦਿਨ ਮਰੇ ਨੂੰ। 10-15 ਦਿਨ ਹੋ ਗਏ? ਹਾਂਜੀ ਹਾਂ, ਠੀਕ ਹੈ। ਤੇ ਜਿਹੜੇ ਬਈ ਆਹ ਬੱਕਰੇ ਨੇ, ਆਹ ਬੱਕਰਾ ਕਿ ਪੱਠਾ? ਆਹ ਇਹ ਉਹਦੀ ਹੈ, ਮੱਖੀ ਜਿੰਨੇ ਦਾ ਬੱਕਰਾ ਇਹ? ਬੱਕਰਾ? ਅੱਛਾ, ਮੱਖੀ ਜਿੰਨੇ ਦਾ ਹੈ? ਹਾਂਜੀ, ਠੀਕ ਹੈ। ਇਹ ਕਿੰਨੇ ਟਾਈਮ ਦਾ ਬਈ? ਇਹ ਹੋਊ 4-4.5 ਮਹੀਨੇ ਦਾ ਜੀ। 4.5 ਮਹੀਨੇ? ਹਾਂਜੀ, ਠੀਕ ਹੈ। ਇਹ ਉਹਦਾ ਮੱਖੀ ਜਿੰਨੇ ਦਾ ਹੈ? ਹਾਂਜੀ ਹਾਂ। ਰਿਜ਼ਲਟ ਵਧੀਆ ਆਏ ਨੇ ਨਾ ਬਈ ਬੱਕਰਿਆਂ ਦੇ? ਹਾਂਜੀ ਹਾਂ। ਹੁਣ ਫਿਰ ਘਰ ਖਾਤਰ ਕੋਈ ਬੱਕਰਾ ਰੱਖਿਆ ਨਹੀਂ? ਬੱਕਰਾ ਰੱਖ ਲਈ? ਆਹ ਰੱਖ ਲਿਆ ਲੋਕ? ਹਾਂਜੀ, ਇੱਥੇ ਦਿਖਾਉਣ ਖਾਤਰ ਲੈ ਕੇ ਆਏ ਹਾਂ? ਹਾਂਜੀ ਹਾਂ, ਠੀਕ ਹੈ। ਰਿਜ਼ਲਟ ਦਿਖਾਉਣ ਖਾਤਰ ਇਹ ਲੈ ਕੇ? ਇੱਕ ਘਰੇ ਆ ਇਹਦੇ ਨਾਲ ਦਾ ਬੱਕਰਾ ਵੀਰੇ। ਇੱਕ ਘਰੇ ਆ? ਹਾਂ, ਠੀਕ ਹੈ। ਲੈ ਬੱਕਰੀਆਂ ਦਿਖਾਈਏ ਹੁਣ, ਇੱਕ ਲੈ ਕੇ ਆਏ ਬੱਕਰੀਆਂ? ਹਾਂਜੀ ਹਾਂ। ਬੱਕਰੀ ਇੱਕ ਤਾਂ ਇੱਧਰ ਆ ਵੀਰੇ, ਇੱਧਰ ਹੀ ਆ ਜਾਂਦਾ ਮੈਂ ਘਰ ਖੜੀ ਬੱਕਰੀ। ਅੱਛਾ, ਕਾਲੇ ਰੰਗ ਦੀ ਹੈ? ਹਾਂਜੀ। ਇਹ ਵੀ ਸੇਲ ਲਈ ਆ? ਹਾਂਜੀ, ਇਹ ਸੇਲ ਲਈ ਆ।
ਜਿੰਨੇ ਹੁੰਦੇ ਨੇ ਪਾਲ ਲਈ ਦੇ ਨੇ, ਕੁਛ ਤਾਂ ਊ ਰੱਖ ਲਈ ਦੇ ਨੇ, ਜਿਹੜੇ ਨਹੀਂ ਉਹ ਬਲੈਡਰ ਮੰਨ ਲਓ ਵੀ ਵਧੀਆ ਨਹੀਂ ਨੱਕ ਨੁੱਕ ਹੁੰਦਾ ਉਹ ਰੱਖ ਲਈ, ਹਾਂਜੀ ਠੀਕ ਹੈ। ਤੇ ਆ ਬੱਕਰੀ ਦੀ ਕੀ ਕੀਮਤ ਸੀਗੀ? ਕਿਹੜੀ ਦੀ ਵੀਰੇ? ਇਹਦੀ ਵੀਰੇ 30,000। 30,000 ਗੱਬਣ ਕਿੰਨੇ ਟਾਈਮ ਦੀ ਆ? ਇਹ ਸਾਢੇ ਕੁ 3-4 ਮਹੀਨੇ ਨੇ ਗੱਬਣੇ ਬੱਕਰੇ ਤੋਂ। ਇਹ ਤੋਂ ਕਰਾਉਸ ਹੈ ਇਹ? ਹਾਂ ਜੀ, ਇਹਦੇ ਤੋਂ। ਇਹਦੇ ਤੋਂ ਕਰਾਉਸ ਹੈ? ਹਾਂ ਜੀ ਠੀਕ ਆ। ਬੱਕਰੀ ਬਈ ਇਹ ਵੀ ਇਹਦੇ ਤੋਂ ਕਰਾਉਸ ਹੈ? ਇਹ ਕਿੰਨੇ ਟਾਈਮ ਦੀ ਗੱਬਣਾ? ਇਹਦਾ ਵੀਰੇ ਥੋੜੇ ਦਿਨ ਹੀ ਲਊਗੀ, 10-15 ਦਿਨ ਲਊ। ਸੂਣ ਦੇ ਲਵੇ? ਨਾ ਲਵੇ। ਇਹਦਾ ਕਿੰਨੇ ਮੁੱਲ ਕੀਤਾ ਗਾ? ਕਿੰਨਾ? ਇਹਦਾ ਵੀਰੇ 25,000। 25,000 ਹਾਂ ਜੀ ਠੀਕ ਆ। ਤੇ ਜਿਹੜੇ ਬੱਚੇ ਬਈ ਆ ਵਿੱਚ ਖੜੇ ਨੇ ਚਿੱਟੇ, ਹਾਂ ਜੀ, ਇਹ ਪੱਠਾ ਨੇ ਕਿ ਬੱਕਰੇ ਆ? ਨਹੀਂ, ਇਹਨਾਂ ਚੋਂ ਆਹ ਬੱਕਰਾ ਵੀਰੇ, ਆਹ ਦੋ ਪੱਠਾ ਨੇ, ਆਹ ਵੀ ਬੱਕਰਾ। ਨਹੀਂ ਵੇਚ ਦਾਂਗੇ। ਅੱਛਾ, ਵੇਚ ਦੋਗੇ। ਹਾਂ ਜੀ। ਇਹਨਾਂ ਦੀ ਕੀ ਕੀਮਤਾਂ? ਇਹਨਾਂ ਦਾ 15-15,000। 15-15,000 ਇਹਨਾਂ ਦਾ ਚਿੱਟੇ ਰੰਗ। ਇਹ ਕਿਹੜੇ ਕਿਹੜੇ ਬੱਕਰੇ ਦੇ ਬਈ? ਇਹ ਉਹ ਚਿੱਟੇ ਦੇ ਨੇ, ਚੀਨੇ ਦੇ ਵੀਰੇ। ਚੀਨੇ ਦੇ? ਹਾਂ, ਆਹ ਦੋਨੇ। ਹਾਂ। ਤੇ ਜਿਹੜੇ ਆਹ ਨੇ ਲਾਲ ਜੇ? ਇਹ ਬਾਹਰੋਂ ਆਇਆ ਹੋਇਆ। ਬਾਹਰੋਂ ਆਇਆ? ਹਾਂ ਜੀ। ਓਹੋ, ਉਹ ਆਹ ਤਿੰਨੇ ਆਪਣੇ ਨੇ? ਅੱਛਾ, ਇਹ ਆਪਣੇ ਆਹ ਬਾਹਰੋਂ ਆਇਆ ਹੋਇਆ ਇਕੱਲਾ? ਹਾਂ ਠੀਕ ਹੈ। ਇਹ ਉਹ ਬੱਕਰੀ ਦੇ ਨੇ ਚਿੱਟੇ? ਉਹ ਆਹ ਬੱਕਰੀ ਦੇ ਨੇ? ਹਾਂ। ਇਹ ਬੱਕਰੀ ਤਾਂ ਨਹੀਂ ਵੇਚਣੀ? ਇਹ ਵੀ ਵਿਕਾਊ ਆ ਵੀਰੇ। ਵਿਕਾਊ ਆ? ਹਾਂ। ਇਹਦੀ ਕਿੰਨੀ ਕੀਮਤ ਰੱਖੀ ਆ ਫਿਰ? ਇਹਦੀ ਕੀਮਤ 35,000 ਵੀਰੇ। 35,000? ਹਾਂ ਠੀਕ ਆ। ਇਹ ਜੇ ਉਹ ਬੱਚਿਆਂ ਦੇ ਨਾਲ ਲਵੇ ਕੋਈ? ਨਾਲ ਲਵੇ ਫਿਰ ਉਹ ਜਿਹੇ ਪੈਸੇ ਵੱਧ ਜਾਣਗੇ ਵੀਰੇ। ਪੈਸੇ ਵੱਧ ਜਾਣਗੇ। ਹੁਣ ਦੁੱਧੋਂ ਹਟੀ ਹੋਈ ਆ ਇਹ? ਅੱਛਾ, ਦੁੱਧੋਂ ਹਟੀ ਹੋਈ ਆ? ਹਾਂ ਠੀਕ ਹੈ। ਆ ਕਾਲੀ ਬੱਕਰੀ ਆ? ਨਹੀਂ ਬੱਕਰਾ। ਇਹ ਵੀ ਬੱਕਰਾ? ਬੱਕਰੇ ਵੱਧ ਲਈ ਖੜੇ ਹੋ ਨਾ? ਹਾਂ ਜੀ ਹਾਂ। ਇਹਦਾ ਬਰੀਡਿੰਗ ਖਾਤਰਾ? ਹਾਂ ਜੀ ਹਾਂ। ਇਹ ਵੀ ਵੇਚਣਾ? ਹਾਂ ਜੀ, ਆ ਗਿਆ ਵੇਚ ਦਾਂਗੇ। ਇਹਦੀ ਕੀ ਕੀਮਤ ਆ? ਇਹਦੀ ਦੱਸ ਦਾਂਗੇ ਮੌਕੇ ਤੇ। ਮੌਕੇ ਤੇ? ਹਾਂ ਜੀ ਠੀਕ ਹੈ, ਮੌਕੇ ਤੇ ਦੱਸ ਦੇਣਗੇ। ਜੱਬੇ ਨੇ 5 ਸਾਲਾਂ ਦੇ ਵਿੱਚ ਕੀ ਸਿੱਖਿਆ ਬਾਈ ਬੱਕਰੀ ਪਾਲ ਕੇ? ਵਧੀਆ, ਠੀਕ ਹੈ ਵੀਰੇ। ਠੀਕ ਹੈ ਬਿਜ਼ਨਸ? ਹਾਂ ਜੀ ਹਾਂ। ਜੇ ਕੋਈ ਨਵਾਂ ਬੰਦਾ ਕਰੇ ਤਾਂ ਕਿਵੇਂ? ਫਾਇਦੇ 'ਚ? ਨਹੀਂ ਫਾਇਦੇ 'ਚ ਆ ਵੀਰੇ। ਕਿਵੇਂ? ਵਧੀਆ, ਠੀਕ ਹੈ, ਚੱਲੀ ਜਾਂਦਾ ਤੋਰੀ ਫੁਲਕਾ। ਤੋਰੀ ਫੁਲਕਾ ਚੱਲੀ ਜਾਂਦਾ? ਵਧੀਆ। ਚੱਲ ਲੈ ਫਿਰ ਨੰਬਰ ਬੋਲਦੇ। ਮੇਰਾ ਨੰਬਰ ਹੈ ਵੀਰੇ 76-569-20-967। ਠੀਕ ਹੈ, ਲਓ ਬਾਈ ਕਰ ਲਿਓ ਬਾਈ ਨਾਲ ਸੰਪਰਕ। ਜੇ ਕਿਸੇ ਨੂੰ ਇਹ ਬੱਕਰਾ ਚਾਹੀਦਾ ਹੋਇਆ ਜਾਂ ਪੱਠਾਂ ਕੁਛ ਵੀ ਚਾਹੀਦੀਆਂ ਹੋਈਆਂ ਤਾਂ ਬਾਈ ਦਾ ਪਿੰਡ ਕਿਹੜਾ ਕਿਹਾ ਸੀ? ਬੜਬਰ ਵੀਰੇ। ਬੜਬਰ ਚੱਬਰ ਗੌਡ ਫਾਰਮ ਹੈ ਨਾ? ਹਾਂਜੀ ਠੀਕ ਆ ਬਾਈ ਪਿੰਡੇ।